ਅਕਾਤੇ ਨਹੀਂ ਪਹੁੰਚ ਸਕਦੇ। ਸੋ ਤੁਹਾਡੀ ਆਪਣੀ ਜਾਣੀ ਪਹਿਚਾਨੀ ਆਵਾਜ਼ ਸ਼੍ਰੀਮਤੀ ਜਗਮੋਹਨ ਕੌਰ ਪੇਸ਼ ਕਰਦੇ ਨੇ ਸਾਜਨ ਰਾਏ ਕੋਟੀ ਦੀ ਰਚਨਾ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ। ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਵੇ ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ, ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ, ਕੁੰਡ ਵਿੱਚ ਨਹੀਂ ਲੁਕਦੇ ਚਾਲ ਵਾਂਗੂ ਧਰਤੀ ਦਾ ਪੱਤਾ ਪੱਤਾ ਝੁੱਲਦਾ, ਰੂਪ ਉਹਦੇ ਉੱਤੇ ਜਦੋਂ ਹੜ ਵਾਂਗ ਸੱਜਣਾ ਬਲੀੜਿਆਂ ਚ ਬਦੋ ਬਦੀ ਢੁੱਲਦਾ, ਗੱਭਰੂ ਹੀ ਜਾਣਦੇ ਨੇ ਕੋਈ ਮੁਟਿਆਰ ਜਦੋਂ ਪੀਂਗੀ ਉੱਤੋਂ ਲੈਂਦੀ ਏ ਫੁਲਾਰੇ, ਵੀ ਕੁੰਡ ਵਿੱਚ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਵੇ ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ, ਕੁੰਡ ਵਿੱਚ ਨਹੀਂ ਲੁਕਦੇ ਤਖਤ ਹਜ਼ਾਰਾ ਕੋਈ ਛੱਡ ਦੇ, ਹੁੰਦੀ ਏ ਜਵਾਨ ਜਦੋਂ ਹੀਰ ਕੋਈ ਵੇਲਿਆਂ ਚ ਉਦੋਂ ਕੋਈ ਰਾਂਝਾ ਹਿੱਕ ਕੱਢ ਦੇ, ਇਹ ਨੈਣ ਸਾਰੀ ਕਰਾਮਾਤ ਨੇ ਕਰਾਉਣ ਵਾਲੇ ਤੇਰੇ ਅਖਵਾਉਣਗੇ ਵਿਚਾਰੇ, ਵੀ ਕੁੰਡ ਵਿੱਚ ਆ ਆ ਆ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਰਾਤੀ ਅੰਬਰਾਂ ਤੇ ਜਿਵੇਂ ਟਹਿਕਦੇ ਤਾਰੇ, ਕੁੰਡ ਵਿੱਚ ਨਹੀਂ ਲੁਕਦੇ ਦਾਨਾ ਜ਼ਹਿਰ ਇਸ ਤਰ੍ਹਾਂ ਨੈਣ ਮੱਲੋ ਮੱਲੀ ਆਸ਼ਕਾਂ ਨੂੰ ਡੰਗ ਦੇ, ਗੋਰੇ ਗੋਰੇ ਲਾਲ ਲਾਲ ਜਿਸਮਾਂ ਦਾ ਖੂਨ ਪੀਂਦੇ ਭਾਵੇਂ ਹੁੰਦੇ ਆਪ ਕਾਲੇ ਰੰਗ ਦੇ, ਰਾਏ ਛੋਟੀ ਡੰਗੀਆਂ ਤੂੰ ਇੱਕ ਵਾਰੀ ਬਚ ਗਏ ਫੇਰ ਨਹੀਂ ਉਹ ਬਚਣਾ ਦੁਬਾਰੇ, ਵੀ ਕੁੰਡ ਵਿੱਚ ਆ ਆ ਆ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਵੇ ਰਾਤੀ ਅੰਬਰਾਂ ਤੇ ਜਿਵੇਂ ਟਹਿਕਦੇ ਤਾਰੇ, ਕੁੰਡ ਵਿੱਚ ਨਹੀਂ।